ਮੈਨੂੰ ਗੋਲੀ ਮਾਰ ਦੋ, ਮੈਨੂੰ ਕੋਈ ਦੁੱਖ ਨਹੀਂ, ਮੈਂ ਮਰ ਜਾਊਂਗੀ, ਮੇਰੇ ਬੱਚੇ ਪਲ ਜਾਊਗੇ। ਮੈਨੂੰ ਭਾਵੇਂ ਗੋਲੀ ਮਾਰ ਦਿਓ, ਮੈਂ ਮਰ ਜਾਊਂਗੀ, ਮੇਰੇ ਬੱਚੇ ਆਪੇ ਪੜ ਜਾਣਗੇ। ਗਲੀ ਦੇ ਵਿੱਚ ਹੰਗਾਮਾ ਕਰਦੀ ਇਸ ਔਰਤ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸਦੇ ਪਰਿਵਾਰ ਦੇ ਨਾਲ ਕੁਝ ਬਦਮਾਸ਼ਾਂ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਦਰਅਸਲ ਇਹ ਮਾਮਲਾ ਦੋ ਘਰਾਂ ਦੀ ਆਪਸੀ ਲੜਾਈ ਦਾ ਹੈ। ਇੰਨੀ ਗੁੰਡਾਗਰਦੀ ਕੀਤੀ ਹੈ, ਇੱਡਾ ਰੋੜੇ ਚਲਾਈਏ, ਬੰਦੂਕਾਂ ਲੈ ਕੇ ਭੱਜਦੇ ਆ ਸਾਨੂੰ ਮਾਰਨ ਲਈ। ਸਾਨੂੰ ਬਹੁਤ ਇਸ ਲੇਡੀ ਤੋਂ ਖਤਰਾ ਆ, ਸੋਨੂ ਤੋਂ ਖਤਰਾ ਆ, ਬਲਵਿੰਦਰ ਤੋਂ ਖਤਰਾ, ਬਨੀਤਾ ਤੋਂ ਖਤਰਾ, ਸਿਮਰਨ ਤੋਂ ਖਤਰਾ ਆ, ਜਿਹੜਾ ਕੋਈ ਸੱਚ ਦੇ ਨਾਲ ਨਾ ਖੜੇ। ਮੈਂ ਇਸ ਵੇਲੇ ਬਹੁਤ ਦੁਖੀ ਆ, 7 ਮਹੀਨੇ ਹੋ ਗਏ, ਮੇਰਾ ਲੈਂਟ ਹਮਲੇ ਦਾ ਹਮਲਾ ਹੁੰਦਾ ਜਾਂਦਾ ਆ। ਮੈਂ ਪੁਲਿਸ ਨੂੰ ਇਹੀ ਦਵਾਵਾਂ ਕਰਦੀ ਆ, ਵੀ ਪੁਲਿਸ ਸਰ ਤੁਸੀਂ ਸਾਡੀ ਸੁਣੋ, ਤੁਸੀਂ ਸਾਡੀ ਸੁਣੋ, ਸਾਡੀ ਨਹੀਂ ਕੋਈ ਵੀ ਸੁਣਦਾ, ਤੁਮੇ ਮਾਰੀ ਕੋਈ ਨਹੀਂ ਲੈਂਦਾ ਹੈਗਾ। ਸਾਨੂੰ 2 ਵਾਰੀ ਅਟੈਕ ਕਰ ਦਿੱਤਾ ਸਰ ਸਾਡੇ ਤੇ, 2 ਵਾਰੀ ਪਿਸਟਲ ਲੈ ਕੇ ਅਸੀਂ ਲਖਾਇਆ। ਐਸੇ ਤੋਂ ਸਾਫ ਕਹਿੰਦਾ ਗਲੀ ਚ ਗੱਡੀ ਖੜਾਉਣ ਨੂੰ ਲੈ ਕੇ ਹੀ ਵਿਵਾਦ ਸ਼ੁਰੂ ਹੋਇਆ, ਜੋ ਪਹਿਲੇ ਠੰਡਾ ਹੋ ਗਿਆ ਪਰ ਬਾਅਦ ਵਿੱਚ ਗੁਆਂਢੀਆਂ ਦੇ ਵੱਲੋਂ ਕੁਝ ਬੰਦਿਆਂ ਨੂੰ ਬੁਲਾ ਕੇ ਇਸ ਪਰਿਵਾਰ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਨੂੰ ਲੈ ਕੇ ਇਸ ਔਰਤ ਦੇ ਵੱਲੋਂ ਸਭ ਦੇ ਸਾਹਮਣੇ ਹੰਗਾਮਾ ਵੀ ਕੀਤਾ ਗਿਆ ਹੈ। ਇਸ ਹਮਲੇ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਇਹ ਨਜ਼ਰ ਆਇਆ ਹੈ ਕਿ 2 ਸ਼ਖਸ ਜੋ ਗਲੀ ਵਿੱਚ ਖੜੇ ਨੇ ਤਾਂ ਅਚਾਨਕ ਹੀ ਸਾਹਮਣੇ ਆਉਂਦੇ ਕੁਝ ਬਦਮਾਸ਼ਾਂ ਦੇ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਜੰਮ ਕੇ ਇੱਟਾਂ ਰੂੜੇ ਚੱਲਦੇ ਨੇ, ਲੱਤਾਂ ਘਸੁੰਨ ਤੱਕ ਚੱਲਦੇ ਨੇ। ਦੇਖਦਿਆਂ ਹੀ ਦੇਖਦਿਆਂ ਇਹ ਕਲੋਨੀ ਤੇ ਇਹ ਗਲੀ ਜੰਗ ਦਾ ਅਖਾੜਾ ਬਣ ਜਾਂਦੀ ਹੈ, ਜਿੱਥੇ ਇੱਕ ਦੂਜੇ ਦੀ ਕੁੱਟਮਾਰ ਕਰਦੇ ਬੰਦੇ ਤੇ ਜਨਾਨੀਆਂ ਦੋਨੋਂ ਹੀ ਨਜ਼ਰ ਆ ਰਹੇ ਨੇ। ਇਸ ਲੜਾਈ ਦੇ ਵਿੱਚ ਹੋਰਨਾਂ ਘਰਾਂ ਦਾ ਵੀ ਵੱਡਾ ਨੁਕਸਾਨ ਹੋਇਆ, ਜਿੱਥੇ ਇਹਨਾਂ ਦੇ ਵੱਲੋਂ ਇੱਕ ਦੂਜੇ ਤੇ ਇੱਟਾਂ ਰੋੜੇ ਵਰਾਏ ਗਏ ਨੇ ਤੇ ਉਹ ਇੱਟਾਂ ਰੋੜੇ ਦੂਜਿਆਂ ਦੇ ਘਰਾਂ 'ਚ ਵੀ ਜਾ ਕੇ ਵੱਜੇ ਨੇ, ਜਿਸ ਕਰਕੇ ਆਸ-ਪਾਸ ਦੇ ਲੋਕਾਂ ਦੇ ਘਰ ਵਿੱਚ ਵੀ ਚੀਜ਼ਾਂ ਨੁਕਸਾਨੀਆਂ ਗਈਆਂ ਨੇ ਤੇ ਉਹ ਵੀ ਇਸ ਗੱਲ ਦਾ ਗੁੱਸਾ ਕਰ ਰਹੇ ਨੇ। ਇਹ ਤਸਵੀਰਾਂ ਲੁਧਿਆਣਾ ਦੇ ਭੋਰਾ ਕਲੋਨੀ ਦੀਆਂ ਨੇ, ਜੋ ਕਿਸੇ ਜੰਗ ਦੇ ਅਖਾੜੇ ਤੋਂ ਘੱਟ ਨਹੀਂ ਲੱਗ ਰਿਹਾ। ਇੱਥੇ ਦੋ ਘਰਾਂ ਦੀ ਆਪਸੀ ਲੜਾਈ ਇਸ ਕਦਰ ਵੱਧ ਗਈ ਕਿ ਇੱਕ ਧਿਰ ਦੇ ਵੱਲੋਂ ਬੰਦੇ ਬੁਲਾਏ ਗਏ ਤੇ ਦੂਜੀ ਧਿਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਘਰ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਹੱਥੋਂ ਪਾਈ ਹੋਈ ਹੈ, ਬੱਚਿਆਂ ਤੱਕ ਨੂੰ ਸੱਟਾਂ ਲੱਗੀਆਂ ਨੇ। ਇੱਥੇ ਪੁਲਿਸ ਤੇ ਵੀ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਇਸ ਲਈ ਸਹੁਰੇ ਦੇ ਵੱਲੋਂ ਗਲੀ 'ਚ ਖੜ ਕੇ ਹੰਗਾਮਾ ਕੀਤਾ ਗਿਆ, ਵੱਡੇ ਇਲਜ਼ਾਮ ਲਗਾਏ ਗਏ ਨੇ ਦੂਜੀ ਧਿਰ ਤੇ ਅਤੇ ਪੁਲਿਸ ਮੁਲਾਜ਼ਮਾਂ ਤੇ। ਇਸ ਔਰਤ ਦਾ ਕਹਿਣਾ ਹੈ ਕਿ ਉਸਨੂੰ ਇਨਸਾਫ ਚਾਹੀਦਾ ਹੈ। ਨਾਨੀ ਵੀ ਕਹਿੰਦੀ ਹੈ ਲੋਕਾਂ ਦੇ ਘਰਾਂ 'ਚ ਕੰਮ ਨਹੀਂ ਕਰਦੀ, ਲੋਕਾਂ ਦੇ ਮੈਂ ਦੱਸਾਂ ਨਹਿਰਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਨੂੰ ਨਹੀਂ ਪਾਲ ਸਕਦੀ ਹੈਗੀ। ਮੇਰਾ ਬੰਦਾ ਨਪੋਲ, ਮੇਰਾ ਬੰਦਾ ਅੱਜ ਤੱਕ ਨਹੀਂ ਬੋਲਿਆ, ਪਰ ਜਦੋਂ ਕਹਿੰਦੇ ਹੁੰਦੇ ਆ ਬੰਦੇ ਦਾ ਸਾਰਾ ਕੁਝ ਹੋ ਜਾਵੇ ਖਤਮ, ਬੰਦਾ ਬੋਲ ਲੂਗਾ। ਪਰ ਮੈਂ ਫਿਰ ਵੀ ਕਿਹਾ ਸੀ ਮੇਰੀ ਭੈਣ ਆ ਇਹ, ਨਹੀਂ ਤੁਸੀਂ ਗੱਲ ਤਾਂ ਮੇਰੀ ਭੈਣ ਆ, ਪਰ ਨਹੀਂ ਇਹ ਮੇਰੀ ਭੈਣ ਨਹੀਂ ਨਿਕਲੀ, ਇਹ ਮੇਰੀ ਡੈਡ ਨਿਕਲੀ ਆ। ਗੁਲਸ਼ਨ ਕੁਮਾਰ ਸੂਦ, ਠੀਕ ਹੈ ਜੀ, ਇਸ ਮਹੱਲੇ 'ਚ ਹੀ ਰਹਿੰਦਾ ਮੈਂ। ਇਹ ਜੀ ਤੀਜੀ ਗੱਲਬਾਤ ਹੋ ਚੁੱਕੀ ਹੋਈ ਆ, ਸਾਨੂੰ ਨਹੀਂ ਪਤਾ ਬਾਹਰੋਂ ਕਿੱਥੋਂ ਮੁੰਡੇ ਆਉਂਦੇ ਕਿੱਥੋਂ ਨਹੀਂ। ਅਸੀਂ ਪਹਿਲਾਂ ਵੀ ਵਾਰਨਿੰਗ ਦੇ ਚੁੱਕੇ ਹਾਂ, ਥਾਣੇ ਕਚਹਿਰੀ ਸਾਰੇ ਜਾ ਚੁੱਕੇ ਹੋਏ ਆ। ਕੱਲ ਨੂੰ ਕੋਈ ਮਰ ਗਿਆ, ਕੁਛ ਗੱਲਬਾਤ ਹੋ ਗਈ, ਸਾਨੂੰ ਨਹੀਂ ਪਤਾ ਕੀ ਹੁੰਦੇ। ਸੀਪੀ ਦੇ ਵੀ ਦਰਖਾਸਤਾਂ ਦਿੱਤੀਆਂ, ਜਸਵਿੰਦਰ ਕੌਰ ਜਿਹੜੀ ਆ ਪੁਲਿਸ ਮੌਕੇ ਤੇ ਆਉਂਦੀ ਨਹੀਂ, ਪੁਲਿਸ ਮੌਕੇ ਤੇ ਕੋਈ ਨਹੀਂ ਆਉਂਦੀ, ਪੁਲਿਸ ਦੇਖਦੀ ਤਮਾਸ਼ਾ। ਠੀਕ ਹੈ ਜੀ, ਅਸਲਾ ਕੱਢਿਆ। ਮੇਰਾ ਨਾਮ ਸਤਵਿੰਦਰ ਕੌਰ ਆ,
ਜਿਨ੍ਹਾਂ ਦੇ ਨਾਲ ਜਿਨ੍ਹਾਂ ਦੀ ਲੜਾਈ ਹੋਈ ਆ ਉਹਨਾਂ ਦਾ ਮੁੰਡਾ ਹਮੇਸ਼ਾ ਹੀ ਮਤਲਬ ਮੁੰਡੇ ਲੈ ਕੇ ਚੌਂਕ 'ਤੇ ਖੜਾ ਰਹਿੰਦਾ ਆ, ਅਤੇ ਜਦੋਂ ਕਸਟਮਰ ਸਾਡੇ ਆਉਂਦੇ ਆ ਨਾ ਤਾਂ ਉਹਨਾਂ ਨੇ ਛੇੜਖਾਨੀ ਕਰਨੀ ਹੁੰਦੀ ਆ, ਉਹਨਾਂ ਨੇ ਕੁੜੀ 'ਤੇ ਹੱਥ ਪਾਇਆ ਅਤੇ ਪਹਿਲਾਂ ਤਾਂ ਗੱਡੀ ਕਹਿੰਦੇ ਅਸੀਂ ਗੱਡੀ ਸਾਈਡ 'ਤੇ ਲਗਾਓ, ਗਾਲ ਕੱਢ ਕੇ ਉਹਨਾਂ ਨੇ ਕਿਹਾ, ਮੁੰਡੇ ਕੁੜੀ ਦਾ ਭਰਾ ਕੁਛ ਨਹੀਂ ਬੋਲਿਆ ਔਰ ਉਹਨੇ ਗੱਡੀ ਜਿਹੜੀ ਆ ਸਾਈਡ 'ਤੇ ਲਗਾਈ ਆ, ਗੱਡੀ ਲਗਾ ਕੇ ਉਹ ਚਲੇ ਗਏ ਆ। ਮੁੜ ਕੇ ਇਹਨਾਂ ਨੇ ਮੇਰੇ ਘਰ 'ਤੇ ਹਮਲਾ ਕੀਤਾ, ਮੇਰੇ ਘਰ ਬੱਚੇ ਸੀਗੇ ਇਕੱਲੇ, ਇਹੀ ਜਿਹੜੀ ਐਂਟੀ ਪਾਰਟੀ ਸੀ ਜਿਹਨਾਂ ਦੇ ਨਾਲ ਝਗੜਾ ਹੋਇਆ, ਵੰਸ਼ ਆ ਅਤੇ ਮੁੰਡੇ ਦਾ ਪਿਓ ਜਿਹੜਾ ਰਿੰਕਾ ਆ ਗੌਰਮੈਂਟ ਹੀ ਜੋਬ ਕਰਦਾ ਆ, ਅਤੇ ਇਹਨਾਂ ਨੇ ਮਤਲਬ ਮੇਰੇ ਘਰ 'ਤੇ ਹਮਲਾ ਕੀਤਾ, ਮੇਰੇ ਦੋ ਬੱਚੇ ਘਰ ਇਕੱਲੇ ਸੀਗੇ। ਇਹ ਗਲਤ ਗੱਲ ਹੈਗੀ ਆ, ਦੇਖੋ ਜੇ ਕੁੜੀਆਂ ਨੂੰ ਛੇੜਨਗੇ ਤਾਂ ਫਿਰ ਛਿੱਤਰ ਤਾਂ ਖਾਣਗੇ, ਕੋਈ ਵੀ ਆਪਣੀਆਂ ਮਾਵਾਂ ਭੈਣਾਂ 'ਤੇ ਹੱਥ ਨਹੀਂ ਪਵਾ ਸਕਦਾ। ਕੁੜੀਆਂ ਨੂੰ ਨਾ ਛੇੜੋ ਨਾ ਛਿੱਤਰ ਖਾਓ। ਲੱਗ ਨਹੀਂ ਰਿਹਾ ਇਸ ਲੜਾਈ ਦੇ ਵਿੱਚ ਮੁਹੱਲੇ ਦਾ ਵੀ ਨੁਕਸਾਨ ਹੋਇਆ? ਮੁਹੱਲੇ ਦਾ ਨੁਕਸਾਨ ਹੋਇਆ ਹੋਊਗਾ, ਪਰ ਦੇਖੋ ਮੁਹੱਲੇ ਵਾਲਿਆਂ ਨੂੰ ਵੀ ਚਾਹੀਦਾ ਆ ਵੀ ਧੀਆਂ ਭੈਣਾਂ 'ਤੇ ਕਿਉਂ ਹੱਥ ਪਾਉਣਾ। ਪਹਿਲਾਂ ਵੀ ਇੱਕ ਲੜਾਈ ਹੋਈ ਸੀਗੀ, ਉਹ ਮੇਰੇ ਮਤਲਬ ਦਿਓਰਾਂ ਦੇ ਨਾਲ ਹੋਈ ਸੀਗੀ, ਤਾਂ ਉਹਨਾਂ ਨੇ ਮੇਰੀ ਕੁੜੀ ਨੂੰ ਫੜ ਕੇ ਬਾਹਰੋਂ ਮੁੰਡੇ ਬੁਲਾ ਕੇ ਉਹਨਾਂ ਨੇ ਮੇਰੀ ਕੁੜੀ 'ਤੇ ਵੀ ਹਮਲਾ ਕੀਤਾ ਉਸ ਟਾਈਮ। ਉਹ ਕੇਸ ਮੇਰਾ ਹਜੇ ਕੋਰਟ ਦੇ ਵਿੱਚ ਚੱਲ ਰਿਹਾ ਹੈ। ਘਰ ਦੇ ਬਾਹਰ ਜੀ ਇੱਟਾਂ ਉੱਟਾਂ ਮਾਰ ਕੇ ਲੜਾਈ ਹੋਈ, ਦੋ ਗੁੱਟਾਂ ਦੀ, ਮੁੰਡੇ ਆ ਕੇ ਇੱਟਾਂ ਉੱਟਾਂ ਮਾਰ ਕੇ, ਸਾਰੀ ਵੀਡੀਓ ਆ ਦੇਖ ਲਓ ਜੀ, ਗੱਡੀ ਤੋੜ ਕੇ ਸਾਰੀ, ਆ ਪਿੱਛੇ ਦੇਖੋ ਕੈਮਰਾ ਮਾਰੋ ਜੀ, ਸਾਡਾ ਨੁਕਸਾਨ ਨਜਾਇਜ਼ ਕਰ ਗਏ ਜੀ, ਹੁਣ ਸਾਡਾ ਕੀ ਕਸੂਰ ਹੈ ਜੀ? ਸਾਨੂੰ ਨਹੀਂ ਪਤਾ ਜੀ ਕਿਹੜੇ ਮੁੰਡੇ ਜੀ, ਪਹਿਲਾਂ ਵੀ ਦੋ ਚਾਰ ਵਾਰੀ ਇਹ ਇੱਟਾਂ ਉੱਟਾਂ ਮਾਰ ਕੇ ਚੱਲ ਜਾਂਦੇ ਜੀ, ਇਹ ਮੁੰਡੇ ਜੀ ਉਹ ਸਾਹਮਣੇ ਘਰ ਆ, ਉਹਨਾਂ ਨੇ ਬੁਲਾਏ ਜੀ, ਸੁਖਵਿੰਦਰ ਕੌਰ ਹੈ ਜੀ ਉਹਨਾਂ ਦਾ ਨਾਂ, ਉਹ ਲੇਡੀ ਨੇ ਮੁੰਡੇ ਬੁਲਾਏ ਜੀ, ਸਾਰਾ ਮੱਲਾ ਪਰੇਸ਼ਾਨ ਆ, ਦੇਖੋ ਤੁਸੀਂ ਕੈਮਰਾ ਮਾਰੋ ਮਾੜਾ ਇੱਧਰ, ਕਾਰਨ ਪਤਾ ਨਹੀਂ ਜੀ ਕੀ ਗੁੰਡਾ ਕਰਦੀ ਹੈ ਜੀ, ਸਰੇ ਆਮ ਬੋਲਦੇ ਜੋ ਕਰਨਾ ਕਰ ਲਓ ਤੁਸੀਂ, ਆਪਾਂ ਨਹੀਂ ਕਿਸੇ ਤੋਂ ਡਰਦੇ। ਲੇਡੀਜ਼ ਬਹੁਤ ਪਰੇਸ਼ਾਨ ਕੀਤਾ, ਪਤਾ ਨਹੀਂ ਕੌਣ ਲੇਡੀਜ਼ ਹੈ ਜੀ, ਬਹੁਤ ਪਰੇਸ਼ਾਨ ਕਰਦੀ, ਮੁੰਡੇ ਬੁਲਾ ਲੈਂਦੀ ਇੱਧਰੋਂ, ਪਤਾ ਨਹੀਂ ਜੀ ਕਿਸੇ ਬੀ ਐਸ ਪੀ ਦੀ ਕਹਿੰਦੀ ਲੀਡਰ ਹੈ ਜੀ, ਮੈਂ ਮੁੰਡੇ ਬੁਲਾਵਾਂਗੀ ਧੱਕਾ ਕਰੂੰਗੀ ਜੀ।